ਪਿੰਡਾ ਮੰਡੀ ਦੇ ਵਿੱਚ ਜਿਹੜੀ ਧਾਨ ਦੀ ਗੋਡੀ ਹੈ ਪਹਿਲੇ ਦਿਨ ਸਟਾਰਟ ਕੀਤੀ ਹੈ। ਸਭ ਤੋਂ ਪਹਿਲਾਂ ਤਾਂ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਇਸ ਦੀ ਬਹੁਤ ਬਹੁਤ ਮੁਬਾਰਕ। ਸਰਦਾਰ ਬੂਟਾ ਸਿੰਘ ਕਟਾਰ ਸਿੰਘ ਵਾਲੇ ਤੋਂ ਹੈ, ਉਹਨਾਂ ਦੀ ਜਿਹੜਾ ਧਾਨ ਦੀ ਬੋਲੀ ਲੱਗੀ ਹੈ ਔਰ ਝਾੜ ਵੀ ਉਹਨਾਂ ਨੇ ਦੱਸਿਆ 30 ਕੁਇੰਟਲ ਏਕੜ ਦਾ, ਮੈਂ ਸਮਝਦਾ ਬਹੁਤ ਸਫੀਸ਼ੈਂਟ ਝਾੜ ਹੈ। ਜੀਤ ਸਾਹਿਬ ਨੇ ਜਿੱਥੇ ਵਪਾਰੀਆਂ ਦੇ ਨਾਲ ਮੀਟਿੰਗ ਕਰਕੇ ਔਰ ਇਹਨਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ, ਨਾਲ ਨਾਲ ਕਿਸਾਨਾਂ ਨੂੰ ਵੀ ਬੇਨਤੀ ਕੀਤੀ ਸੀ ਕਿ ਉਹ ਆਪਦਾ ਝੋਨਾ ਜਿਹੜਾ ਉਹਦਾ ਮੋਇਸਚਰ ਜਿਹੜਾ ਉਹ 17 ਤੋਂ ਥੱਲੇ ਲੈ ਕੇ ਆਉਣ। ਇਹ ਬੜੀ ਚੰਗੀ ਗੱਲ ਹੈ ਕਿ ਜਿੰਨੀਆਂ ਢੇਰੀਆਂ ਆਈਆਂ ਨੇ ਅੱਜ ਸਾਰੀਆਂ ਦਾ ਝਾੜ ਜਿਹੜਾ ਅੰਡਰ ਸਪੈਸੀਫਿਕੇਸ਼ਨ ਹੈ, ਜਿਹਦੇ ਨਾਲ ਖਰੀਦਦਾਰ ਨੂੰ ਭਾਵੇਂ ਕੋਈ ਵੀ ਏਜੰਸੀ ਹੋਵੇ ਕੋਈ ਦਿੱਕਤ ਨਹੀਂ ਆਏਗੀ। ਅਸੀਂ ਸਰਕਾਰ ਵੱਲੋਂ ਹਦਾਇਤਾਂ ਨੇ ਕਿ ਕਿਸਾਨ ਨੂੰ ਕੋਈ ਮੁਸ਼ਕਲ ਨਹੀਂ ਆਉਣੀ ਚਾਹੀਦੀ। ਸ਼੍ਰੀ ਸ਼ੌਕਤ ਅਹਿਮਦ ਪਰੇ ਜੀ ਡਿਪਟੀ ਕਮਿਸ਼ਨਰ ਸਾਹਿਬ ਮੇਰੇ ਨਾਲ ਨੇ, ਇਹਨਾਂ ਨੇ ਇਹ ਸਾਰੇ ਕੰਮ ਨੂੰ ਸੁਨਿਸ਼ਚਿਤ ਕੀਤਾ। ਮੰਡੀਕਰਨ ਬੋਰਡ ਦੇ ਜਿੰਨੇ ਵੀ ਅਧਿਕਾਰੀ ਹੈ ਕਿਸਾਨਾਂ ਨੂੰ ਸਫਾਈ ਛਟਾਈ ਪੀਣ ਵਾਲਾ ਪਾਣੀ ਇਲੈਕਟ੍ਰਿਸਿਟੀ ਜਿੱਥੇ ਵੀ ਬਿਜਲੀ ਦਾ ਪ੍ਰਬੰਧ ਹੈ ਉਹ ਪੂਰਾ ਕਰਕੇ ਦਿੱਤਾ ਗਿਆ। ਅਸੀਂ ਆਸ ਕਰਦੇ ਹਾਂ ਕਿ ਜਿਹੜਾ ਝੋਨੇ ਦਾ ਸੀਜ਼ਨ ਹੈ ਇਸ ਬਹੁਤ ਵਧੀਆ ਲੱਗੂਗਾ, ਕਿਸਾਨ ਦੀ ਖੁਸ਼ਹਾਲੀ ਵੱਲ ਪੰਜਾਬ ਦਾ ਕਿਸਾਨ ਵਧਿਆ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਚੰਗੀ ਖੇਤੀ ਔਰ ਉੱਨਤ ਖੇਤੀ ਵੱਲ ਉਹਨਾਂ ਨੇ ਕਦਮ ਧਰਿਆ। ਬਹੁਤ ਬਹੁਤ ਅੱਜ ਆਪਾਂ ਪਹਿਲਾਂ ਗੁਨਿਆਣਾ ਤੋਂ ਸ਼ੁਰੂ ਕਰਾਇਆ ਸੀ ਜਿਹੜਾ ਖਰੀਦ ਹੈਗੀ ਹੈ ਝੋਨੇ ਦੀ, ਅਤੇ ਅੱਜ ਆਪਾਂ ਇੱਥੇ ਬਠਿੰਡਾ ਜਿਹੜੀ ਮੇਨ ਮੰਡੀ ਹੈ ਇੱਥੇ ਆਏ ਹਾਂ, ਅਤੇ ਜਿਹੜਾ ਆਪਣਾ ਪਹਿਲਾ ਕਿਸਾਨ ਵੀਰ ਸੀਗਾ ਅੱਜ ਹੀ ਆਪਣੀ ਫਸਲ ਇੱਥੇ ਲੈ ਕੇ ਆਇਆ ਸੀਗਾ, ਅਤੇ ਜਿਵੇਂ MLA ਸਾਹਿਬ ਨੇ ਕਿਹਾ ਕਿ ਬਿਲਕੁਲ ਸਪੈਸੀਫਿਕੇਸ਼ਨ ਦੇ ਅਧੀਨ ਸੀਗਾ, ਅਤੇ ਅੱਜ ਦੇ ਦਿਨ ਹੀ ਉਹਨਾਂ ਦੀ ਜਿਹੜੀ ਹੈਗੀ ਆ ਬੋਲੀ ਹੋ ਗਈ ਅਤੇ ਉਹ ਆਪਣੇ ਕੰਮ ਤੋਂ ਫ੍ਰੀ ਹੋ ਗਏ। ਅਤੇ ਸਾਡੀ ਕੋਸ਼ਿਸ਼ ਇਹੀ ਹੈਗੀ ਹੈ ਕਿ ਜਿਹੜਾ ਵੀ ਕਿਸਾਨ ਆਵੇ ਉਹ ਘੱਟ ਜਿੰਨਾ ਵੀ ਘੱਟ ਸਮਾਂ ਹੋ ਸਕਦਾ, ਸਰਕਾਰ ਦੀ ਹਦਾਇਤ ਹੈ ਕਿ 24 ਘੰਟੇ ਦੇ ਅੰਦਰ ਅੰਦਰ ਆਪਾਂ ਉਹਦੀ ਜਿਹੜੀ ਹੈਗੀ ਸਫਾਈ ਵਗੈਰਾ ਕਰਾ ਕੇ ਉਹਨਾਂ ਨੂੰ ਵਾਪਸ ਤੋਰਨਾ ਹੈ। ਆਪਾਂ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਉਸ ਤੋਂ ਵੀ ਘੱਟ ਜਿਹੜਾ ਸਮਾਂ ਲੱਗ ਸਕਦਾ, ਪਰ ਉਹਦੇ ਲਈ ਸਾਨੂੰ ਜਿਹੜੇ ਆਪਣੇ ਕਿਸਾਨ ਭਰਾ ਉਹਨਾਂ ਦਾ ਵੀ ਸਪੋਰਟ ਚਾਹੀਦਾ ਹੈਗਾ ਕਿ ਮੈਂ ਲਾਸਟ ਟਾਈਮ ਵੀ ਉਹਨਾਂ ਨੂੰ ਬੇਨਤੀ ਵੀ ਕੀਤੀ ਸੀ, ਮੈਂ ਯੂਨੀਅਨਸ ਦੇ ਨਾਲ ਗੱਲ ਵੀ ਕੀਤੀ ਸੀ ਕਿ ਇਸ ਵਾਰ ਆਪਾਂ ਜਿਹੜੀ ਫਸਲ ਲੈ ਕੇ ਆ ਰਹੇ ਹਾਂ ਉਹ ਸੁਖਾ ਕੇ ਲਿਆਏ, 17% ਮੋਇਸਚਰ ਤੋਂ ਘੱਟ ਹੋਵੇ, ਅਤੇ ਤਾਂ ਜੋ ਉਹਨਾਂ ਨੂੰ ਵੀ ਹਰੈਸਮੈਂਟ ਨਾ ਹੋਏ, ਅਤੇ ਇੱਥੇ ਜਿਹੜਾ ਮੰਡੀਆਂ ਵਿੱਚ ਗਲਤ ਲੱਗਦਾ ਹੈ ਮੰਡੀਆਂ ਭਰ ਜਾਂਦੀਆਂ ਨੇ ਕਿਉਂਕਿ ਕਾਫੀ ਸਾਰੇ ਕਿਸਾਨ ਭਰਾ ਇੱਥੇ ਆ ਕੇ ਫਿਰ ਉਹਨਾਂ ਨੂੰ ਜਿਹੜਾ ਹੈਗਾ ਸੁਖਾਉਣ ਦੇ ਵਾਸਤੇ ਜਿਹੜਾ ਹੈਗਾ ਉਹ ਲਾ ਲੈਂਦੇ 2-3 ਦਿਨ, ਉਹ ਵੀ ਪਰੇਸ਼ਾਨ ਹੁੰਦੇ ਨੇ, ਅਤੇ ਸਾਡੀ ਮੰਡੀਆਂ ਵਿੱਚ ਜਿਹੜੇ ਇੰਪਲੋਈਜ਼ ਨੇ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਪ੍ਰੈਸ਼ਰ ਫੀਲ ਹੁੰਦਾ ਕਿ ਮੰਡੀਆਂ ਵਿੱਚ ਗਲਟ ਆ ਗਿਆ। ਅਤੇ ਅੱਜ ਬਹੁਤ ਚੰਗਾ ਲੱਗਿਆ ਕਿ ਮੈਂ ਜਿੰਨੀ ਵੀ ਮੰਡੀਆਂ ਵਿੱਚ ਗਿਆ 2-3 ਮੰਡੀਆਂ ਹੋਰ ਵੀ ਮੈਂ ਪਹਿਲਾਂ ਦੇਖੀ ਆਏਗੀਆਂ ਕੱਲ੍ਹ ਪਰਸੋਂ ਤੋਂ, ਅਤੇ ਸਾਰੀਆਂ ਵਿੱਚ ਜਿਹੜਾ ਫਸਲ ਆ ਰਹੀ ਹੈ ਉਹ ਬਿਲਕੁਲ ਸੁਕਾ ਕੇ ਆ ਰਹੀ ਹੈ, ਅਤੇ ਕਿਸਾਨ ਸਾਡੇ ਨਾਲ ਬਿਲਕੁਲ ਸਹਿਯੋਗ ਕਰ ਰਹੇ ਨੇ, ਸ਼ਲ ਆਰਤੀਆਂ ਸਾਰੇ ਸਭ ਦਾ ਹੀ ਇਹਦੇ ਵਿੱਚ ਇੱਕ ਰੋਲ ਹੁੰਦਾ ਹੈ। ਅਤੇ ਮੈਂ ਇਹੀ ਸਮਝਦਾ ਕਿ ਇਸ ਵਾਰ ਦਾ ਸੀਜ਼ਨ ਜਿਹੜਾ ਹੈਗਾ ਕਿਸਾਨਾਂ ਦੇ ਵਾਸਤੇ ਅਤੇ ਬਾਕੀ ਜਿੰਨੇ ਵੀ ਇਹਦੇ ਨਾਲ ਸਟੇਕ ਹੋਲਡਰਸ ਨੇ ਉਹਨਾਂ ਦੇ ਵਾਸਤੇ ਚੰਗਾ ਹੋ